डॉक्टर जगतार सिंह मेरे अध्यापक साथी थे, प्यारे विद्यार्थियों, वाहेगुरु जी का खालसा, वाहेगुरु जी की फतेह। मैं सब तो पहला तुहानू सारयां नू खालसा कॉलेज विच दाखला लैण ते खालसा कॉलेज दे विद्यार्थी बनन दे उत्ते जी आयां नू कहना, खुश आमदीद कहना और वाहिगुरु दे चरणां च अरदास बेनती करदा कि परमात्मा तुहानू सफलता बख्शे, तुहानू कामयाबी बख्शे और जिहड़े सुपनिआं दे नाल, जिहड़े मनोरथ दे नाल तुसीं अपनी जिंदगी दे इस नवें पड़ाव दी शुरुआत कर रहे हो उहदे विच तुसीं पूरी तरह सफल होवो। प्यारे विद्यार्थीओ, जिहड़ा आने वाला समा है या जिहड़ा समा चल रहा है, बड़ा मुकाबले का समा, इट्स एन एज ऑफ कॉम्पीटिशन, बड़ा कट थ्रोट कॉम्पीटिशन सारे पासे चल रहा। पंजाब दे विच खास तौर पर वक्री किस्म के हालात बने हुए ने, कुछ नौजवान बाहर जा रहे ने और बाहर जाने का रुझान जिहड़ा है लगातार वध रहा। जदों असी बाहर गए नौजवानों की दास्तान सुनते हैं तो वह उदों भी दिल कंबाऊ हैगी आ बहुतियां स्थितियां दे विच। आम तौर पर प्लस टू तो बाद बच्चे बच्चियां चले जाते हैं, उत्थे जदों असी जाने उदों तां इह सोच, इह सुपने, इह गल दिमाग च लैके जाने कि जिवें उत्थे पहुँचते सार हर गमले दे विच, हर बाग दे विच सिर्फ डालरां दी दरख्त लगे हुए ने, जाते सार टुटन लग पैणगे। सानू इहो जे सबज बाग एजेंट दिखाउंदे ने, होर लोग दिखाउंदे ने, जदों कि असली ते इस तों बहुत कोहां दूर है। बिना शक माइग्रेशन कोई अज का वर्तारा नहीं, बड़ा पुराना वर्तारा हैगा, पर जदों माइग्रेशन परपजफुल हुंदी आ, जदों माइग्रेशन ये सोच के हुंदी आ कि असी कोई उचेरी विद्या लैण जानी आ, असी कोई विशेष किस्म की सिक्ख्या हासिल करन जाना, उस तो बाद वह सिक्ख्या हासिल करके तुहाडे मन दे विच हुंदा कि असी वापस आना या जिथे टिकना या किसी थर्ड थान पर जाना, इट्स नॉट एट ऑल ए बैड थिंग। पर जदों साडी परपजलैस माइग्रेशन आ, सानू यही नहीं पता कि असीं जिहड़ी संस्था च दाखला लैण जा रहे उहदी क्रेडिबिलिटी की आ। तुसीं भी पढ़िया होणगे अखबारां च खबरां, 700-800-800 विद्यार्थी इहो जिहियां थावां ते दाखल हो गया जिथे कोई वैलिडिटी नहीं हैगी। दूजी जिहड़ी समस्या साडे समाज च लगातार चल रही आ, उह चल रही आ नशियां दी। साडे पंजाब नूं लगातार ਇਹ ਕਹਿ ਕੇ ਭੰਡਿਆ ਜਾ ਰਿਹਾ, ਇਹਦੇ ਵਿੱਚ ਕੁਝ ਸਵਾਰਥੀ ਹਿੱਤ ਵੀ ਨੇ ਕਿ ਪੰਜਾਬ ਦਾ ਸਾਰਾ ਨੌਜਵਾਨ ਨਸ਼ੇੜੀ ਹੋ ਗਿਆ। ਅਸੀਂ ਇਸ ਧੱਬੇ ਨੂੰ, ਇਸ ਦਾਗ ਨੂੰ ਵੀ ਮਿਟਾਉਣਾ। ਤੁਸੀਂ ਸਾਰੇ ਆਪਣੇ ਅੰਦਰ ਅੰਦਰ ਝਾਤੀ ਮਾਰ ਕੇ ਦੇਖੋ, ਜਿਹੜੇ ਤੁਸੀਂ ਪੜ੍ਹਨ ਲਿਖਣ ਆਏ ਹੋ, ਤੁਹਾਡੇ ਸਾਰਿਆਂ ਦੇ ਚਿਹਰੇ ਬੜੇ ਸਪਸ਼ਟ ਦੱਸਦੇ ਨੇ ਕਿ ਤੁਸੀਂ ਅੱਛੇ ਪਰਿਵਾਰਾਂ ਦੇ ਵਿੱਚ ਹੋ, ਤੁਸੀਂ ਅੱਛੇ ਸੰਸਕਾਰਾਂ ਦੇ ਵਿੱਚ ਹੋ। ਇਹ ਕਿਵੇਂ ਹੋ ਸਕਦਾ ਕਿ ਪੰਜਾਬ ਦਾ 80% 90% ਯੂਥ ਨਸ਼ੇੜੀ ਆ? ਤੁਸੀਂ ਸਾਰੇ ਬੈਠੇ ਹੋ, ਮੈਨੂੰ ਨਹੀਂ ਲੱਗਦਾ ਤੁਹਾਡੇ 'ਚੋਂ ਕੋਈ ਵੀ ਅਜਿਹਾ ਹੋਵੇ। ਅਤੇ ਡੇਟੇ ਕਿੱਥੋਂ ਆਉਂਦੇ ਨੇ, ਇਹ ਅੰਕੜੇ ਕੀ ਦੱਸਦੇ ਨੇ? ਇਹਦਾ ਮਤਲਬ ਕਦੇ ਕਦੇ ਮੈਨੂੰ ਇਹ ਵੀ ਜਾਪਦਾ ਹੁੰਦਾ ਕਿ ਇਹ ਅੰਕੜੇ ਪੰਜਾਬ ਦੀ ਜਵਾਨੀ ਨੂੰ ਬਦਨਾਮ ਕਰਨ ਲਈ ਨੇ। ਪੰਜਾਬ ਦਾ ਨੌਜਵਾਨ ਉੱਦਮੀ ਸੀ, ਉੱਦਮੀ ਹੈ, ਉਤਸ਼ਾਹ ਹੈ। ਤੁਸੀਂ ਪੰਜਾਬ ਦਾ ਇਤਿਹਾਸ ਜਿੱਥੋਂ ਮਰਜ਼ੀ ਫਰੋਲ ਲਵੋ, ਜਦੋਂ ਵੀ ਕਿਤੇ ਦੇਸ਼ ਨੂੰ ਜ਼ਰੂਰਤ ਪਈ ਤਾਂ ਪੰਜਾਬੀਆਂ ਨੇ ਅੱਗੇ ਹੋ ਕੇ ਸਹਿਯੋਗ ਕੀਤਾ। ਜਦੋਂ ਵੀ ਆਜ਼ਾਦੀ ਦੀ ਗੱਲ ਤੁਰੀ, ਪੰਜਾਬੀਆਂ ਨੇ ਮੂਹਰੇ ਹੋ ਕੇ ਕੁਰਬਾਨੀਆਂ ਦਿੱਤੀਆਂ। ਅਤੇ ਅੱਜ ਪੰਜਾਬੀ ਨਸ਼ੇੜੀ ਕਿਵੇਂ ਹੋ ਗਈ? ਸਾਨੂੰ ਇਹ ਸੁਚੇਤ ਹੋਣਾ ਪਊਗਾ ਕਿ ਅਸੀਂ ਜਿਹੜਾ ਨੌਜਵਾਨ ਵਰਗ ਹੋ, ਕਿਉਂਕਿ ਸਾਰਾ ਭਵਿੱਖ ਤੁਹਾਡੇ ਹੱਥਾਂ 'ਚ ਆ, ਸਾਡੇ ਤੁਸੀਂ ਬੇਟੇ ਬੇਟੀਓ, ਅਸੀਂ ਇਹਨਾਂ ਧੱਬਿਆਂ ਨੂੰ ਮਿਟਾਉਣਾ। ਔਰ ਉਹਦਾ ਇੱਕੋ ਹੀ ਤਰੀਕਾ ਹੈਗਾ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਕਾਮਯਾਬ ਇਨਸਾਨ ਬਣੋ, ਤੁਸੀਂ ਜ਼ਿੰਦਗੀ ਦੇ ਵਿੱਚ ਅੱਛੇ ਮੁਕਾਮ ਹਾਸਲ ਕਰੋ, ਤੁਸੀਂ ਜ਼ਿੰਦਗੀ ਦੇ ਵਿੱਚ ਅੱਛੇ ਸੁਪਨੇ ਲਵੋ,
ਤੁਸੀਂ ਕਾਲਜ ਆਏ ਹੋ, ਤੁਸੀਂ ਨਿਰੰਤਰ ਆਪਣੀਆਂ ਕਲਾਸਾਂ ਲਾਵੋ, ਆਪਣੇ ਅਧਿਆਪਕ ਸਾਹਿਬਾਨ ਤੋਂ ਵੱਧ ਲਰਨ ਕਰਨ ਦੀ ਕੋਸ਼ਿਸ਼ ਕਰੋ ਔਰ ਆਪਣੇ ਨਿਸ਼ਾਨੇ ਫਿਕਸ ਕਰੋ। ਇਹ ਨਹੀਂ ਬੀ ਏ ਆ ਗਏ ਕਰ ਲਈ ਦੈਟਸ ਆਲ, ਨੋ। ਤੁਹਾਨੂੰ ਕਲੀਅਰ ਹੋਵੇ ਕਿ 4 ਸਾਲ ਬਾਅਦ 5 ਸਾਲ ਬਾਅਦ ਅਸੀਂ ਪੜ੍ਹਾਈ ਕਰਕੇ ਕੀ ਮੁਕਾਮ ਹਾਸਲ ਕਰਨਾ ਚਾਹੁੰਦੇ ਹਾਂ। ਕਈ ਲੋਕ ਆਖਦੇ ਨੇ ਕਿ ਜੀ ਫਲਾਂ ਪੜ੍ਹਾਈ 'ਚ ਸਕੋਪ ਆ। ਇੱਕ ਗੱਲ ਮੇਰੀ ਯਾਦ ਰੱਖਿਓ, ਤੁਸੀਂ ਕੋਈ ਕੋਰਸ ਕੋਈ ਪੜ੍ਹਾਈ ਅਗਰ ਵਧੀਆ ਤਰੀਕੇ 'ਚ ਕਰਦੇ ਹੋ, ਅੱਛੇ ਨੰਬਰਾਂ ਦੇ ਨਾਲ ਕਰਦੇ ਹੋ, ਅੱਛਾ ਗਿਆਨ ਹਾਸਲ ਕਰਕੇ ਕਰਦੇ ਹੋ, ਤਾਂ ਕੋਈ ਵਿਅਕਤੀ ਐਸਾ ਨਹੀਂ ਹੋਊਗਾ ਜਿਹਨੂੰ ਰੁਜ਼ਗਾਰ ਨਾ ਮਿਲੇ। ਕਾਰਪੋਰੇਟ ਸੈਕਟਰ ਦੇ ਵਿੱਚ ਅਨੇਕਾਂ ਨੌਕਰੀਆਂ ਨੇ। ਕਾਰਪੋਰੇਟ ਸੈਕਟਰ ਵਾਲੇ ਕਹਿੰਦੇ ਕਿ ਸਾਨੂੰ ਮੈਚਿੰਗ ਸਟੂਡੈਂਟ ਨਹੀਂ ਮਿਲਦਾ। ਆਪਣੇ ਆਪ ਨੂੰ ਕੰਮ ਕਰਨ ਦੀ ਆਦਤ ਹੋਣੇ ਤੋਂ ਪਾਓ, ਆਪਣੇ ਮਾਪਿਆਂ 'ਤੇ ਨਿਰਭਰਤਾ ਨੂੰ ਘਟਾਓ। ਉਹ ਜਿੰਨਾ ਮਰਜ਼ੀ ਤੁਹਾਨੂੰ ਫੀਸਾਂ ਅਦਾ ਕਰਨ ਦੇ ਸਮਰੱਥ ਹੋਣ, ਕੋਸ਼ਿਸ਼ ਕਰੋ ਕਿ ਤੁਸੀਂ ਕੁਛ ਆਪਣੇ ਯਤਨ ਕਰੋ। ਅੱਜ ਕੱਲ੍ਹ ਐਸਾ ਸਮਾਂ ਆ ਗਿਆ ਕਿ ਘਰ ਬੈਠੇ ਤੁਸੀਂ ਆਪਣੇ ਮੋਬਾਈਲ ਦੇ ਉੱਤੇ, ਆਪਣੇ ਕੰਪਿਊਟਰ ਦੇ ਉੱਤੇ ਯੂ ਕੈਨ ਡੂ ਹੰਡਰਡਸ ਆਫ ਔਨਲਾਈਨ ਜੋਬਸ। ਸਰਚ ਕਰੋ ਕਿ ਕਿਹੜੇ ਕਿਹੜੀਆਂ ਅਸੀਂ ਔਨਲਾਈਨ ਜੋਬ ਕਰ ਸਕਦੇ ਹਾਂ। ਅਨੇਕਾਂ ਜੋਬਸ ਨੇ ਜਿਹੜੀਆਂ ਸਿੰਪਲੀ ਡਾਟਾ ਭਰਨ ਦੀਆਂ ਹੈਗੀਆਂ ਨੇ ਕੰਪਿਊਟਰ ਦੇ ਉੱਤੇ, ਕਿ ਅਸੀਂ ਜੋਬ ਕਰਨੀ ਆ, ਅਸੀਂ ਘੰਟਾ 2 ਘੰਟੇ ਅਰਨ ਕਰਨਾ, ਰੋਜ਼ ਲਾਉਣੇ ਆ, ਅਸੀਂ ਆਪਣੀਆਂ ਫੀਸਾਂ ਆਪ ਬਾਹਰ ਆਹੀ ਕੁਛ ਹੀ ਹੈ ਨਾ। ਘਰ ਦੇ ਇੱਕ ਸਮੈਸਟਰ ਦੀ ਫੀਸ ਦਿੰਦੇ, ਬਾਕੀ ਬੰਦਾ ਕੱਢਦਾ ਕੰਮ ਕਰਦਾ। ਅਸੀਂ ਕੰਮ ਦੀਆਂ ਆਦਤਾਂ ਪਾਈਏ, ਅਸੀਂ ਚੰਗੀ ਸੋਚ ਦੀਆਂ ਆਦਤਾਂ ਪਾਈਏ, ਅਸੀਂ ਚੰਗੇ ਐਪਰੋਚ ਰੱਖੀਏ, ਅਸੀਂ ਚੰਗੇ ਕੰਮਾਂ 'ਚ ਲੱਗੀਏ, ਕਾਲਜ ਦੇ ਵੱਖ ਵੱਖ ਗਤੀਵਿਧੀਆਂ 'ਚ ਹਿੱਸਾ ਲਵੋ, NSS ਜੁਆਇਨ ਕਰੋ, NCC ਜੁਆਇਨ ਕਰੋ, ਯੂਥ ਕਲੱਬ ਜੁਆਇਨ ਕਰੋ, ਕਲਚਰਲ ਐਕਟੀਵਿਟੀ ਜੁਆਇਨ ਕਰੋ, ਕਾਲਜ ਦਾ ਕੋਈ ਸਮਾਗਮ ਹੁੰਦਾ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਓ। ਤਾਂ ਕੋਈ ਐਸੀ ਗੱਲ ਨਹੀਂ ਹੈਗੀ ਕਿ ਤੁਹਾਨੂੰ ਕਾਮਯਾਬ ਹੋਣੋਂ ਕੋਈ ਦੁਨੀਆ ਦੀ ਤਾਕਤ ਰੋਕ ਸਕੇ। ਤੁਸੀਂ ਅੱਜ ਵੀ ਉਹੀ ਪੰਜਾਬੀ ਹੋ, ਤੁਹਾਡੇ ਵਿੱਚ ਅੱਜ ਵੀ ਓਨਾ ਹੀ ਉਤਸ਼ਾਹ ਹੈਗਾ, ਤੁਹਾਡੇ ਵਿੱਚ ਅੱਜ ਵੀ ਓਨੀ ਹੀ ਊਰਜਾ ਹੈਗੀ ਆ। ਸਿਰਫ ਅਸੀਂ ਉਸ ਊਰਜਾ ਨੂੰ, ਉਸ ਉਤਸ਼ਾਹ ਨੂੰ, ਉਸ ਪਹੁੰਚ ਨੂੰ ਸਹੀ ਦਿਸ਼ਾ ਵਿੱਚ ਮੋੜਾ ਦੇਣਾ, ਤਾਂ ਯਕੀਨਨ ਤੌਰ 'ਤੇ ਬੇਟਾ ਤੁਸੀਂ ਕਾਮਯਾਬ ਹੋਵੋਗੇ। ਪਲੱਸ ਜਿਹੜੀ ਗੱਲ ਇੱਕ ਮੈਨੂੰ ਬੜੀ ਓਪਰੀ ਲੱਗਦੀ ਆ, ਮਹਿਸੂਸ ਵੀ ਹੁੰਦੀ ਆ, ਸਾਡੇ ਬੜੇ ਖੂਬਸੂਰਤ ਸੰਸਕਾਰ ਸੀ, ਸਾਡਾ ਵੱਡਾ ਮਿਲਦਾ ਸੀ ਕੋਈ, ਅਸੀਂ ਭੱਜ ਕੇ ਖੜ੍ਹੇ ਹੋ ਕੇ ਉਸ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਸੀ, ਉਹਦੇ ਗੋਡੀ ਹੱਥ ਲਾਉਂਦੇ ਸੀ, ਆਪਣੇ ਮਾਪਿਆਂ ਦਾ ਸਤਿਕਾਰ ਕਰਦੇ ਸੀ, ਆਪਣੇ ਅਧਿਆਪਕਾਂ ਦਾ ਸਤਿਕਾਰ ਕਰਦੇ ਸੀ। ਸਾਡਾ ਟੀਚਰ ਲੰਘ ਰਿਹਾ, ਵਿਦਿਆਰਥੀ ਬੈਠੇ ਨੇ ਆਪਣੇ ਮਗਨ ਨੇ, ਕੋਈ ਸਲਾਮ ਕਲਾਮ ਜਿਹੜਾ ਹੈ ਉਹ ਘੱਟਦਾ ਜਾ ਰਿਹਾ। ਅਸੀਂ ਪੰਜਾਬੀ ਜਾਣੇ ਜਾਂਦੇ ਸੀ ਕਿ ਸਾਡੀਆਂ ਕਦਰਾਂ ਕੀਮਤਾਂ ਕੀ ਨੇ, ਸਾਡਾ ਵੈਲਿਊ ਸਿਸਟਮ ਕੀ ਆ। ਸਾਨੂੰ ਯਾਦ ਰੱਖਣਾ ਚਾਹੀਦਾ ਕਿ ਸਾਡੇ ਕੋਲ ਦੁਨੀਆ ਦੀ ਬਹੁਤ ਵੱਡੀ ਵਿਰਾਸਤ ਹੈ, ਉਹ ਵਿਰਾਸਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਨੇ, ਜਿਸ ਵਿੱਚ ਦੁਨੀਆ ਦੇ ਹਰ ਸਵਾਲ ਦਾ ਜਵਾਬ ਆ, ਜਿਸ ਪਾਸ ਦੁਨੀਆ ਦੀ ਹਰ ਮੁਸ਼ਕਲ ਦਾ ਹੱਲ ਹੈਗਾ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਿੱਖਿਆਵਾਂ ਸੰਸਕਾਰ ਦਿੱਤੇ, ਸੁਹਿਰਦਤਾ ਦੇ ਦਿੱਤੇ, ਚੰਗੀ ਸੋਚ ਦੇ ਦਿੱਤੇ, ਚੰਗੇ ਰਾਹਾਂ ਦੇ ਦਿੱਤੇ। ਅਸੀਂ ਕੀ ਕਰਨਾ, ਅਸੀਂ ਸਿਰਫ ਉਹਨਾਂ ਰਾਹਾਂ ਦੇ ਉੱਤੇ ਤੁਰਨਾ, ਉਹ ਗੁਰੂ ਦੇ ਦਰਸਾਏ ਹੋਏ ਮਾਰਗ ਦੇ ਉੱਤੇ ਤੁਰਨਾ। ਤੁਸੀਂ ਬਹੁਤ ਕਾਮਯਾਬ ਹੋਵੋਗੇ। ਕਾਲਜ ਦੇ ਨਾਲ ਜੁੜੋ, ਆਪਣੇ ਅਧਿਆਪਕ ਸਾਹਿਬਾਨ ਨਾਲ ਜੁੜੋ, ਕਾਲਜ ਦੀਆਂ ਵੈਬਸਾਈਟ ਚੈੱਕ ਕਰੋ, ਕਾਲਜ ਦਾ ਯੂਟਿਊਬ ਚੈਨਲ ਹੈ ਖਾਲਸਾ ਕਾਲਜ ਪਟਿਆਲਾ ਵੈਬ TV, ਸਾਰੇ ਉਹਨੂੰ ਸਬਸਕ੍ਰਾਈਬ ਕਰੋ, ਅਤੇ ਕਦੇ ਕੋਈ ਚੀਜ਼ ਪੈਂਦੀ ਹੈ, ਤੁਹਾਡੀਆਂ ਐਕਟੀਵਿਟੀ ਜਿਹੜਾ ਅੱਜ ਤੁਹਾਡਾ ਇਹ ਹੋ ਰਿਹਾ ਸਾਰਾ ਉਸ ਚੈਨਲ 'ਤੇ ਪਏਗਾ। ਵਿਦਿਆਰਥੀਆਂ ਦਾ ਚੈਨਲ ਆ, ਤੁਹਾਡੇ ਕੋਲ ਕੋਈ ਯੂਨੀਕ ਐਕਟੀਵਿਟੀ ਹੈਗੀ ਆ ਕਿ ਜੀ ਸਰ ਅਸੀਂ ਆਹ ਗੱਲ ਕਰ ਸਕਦੇ ਹਾਂ, ਤੁਸੀਂ ਆਓ ਆਪਣੇ ਟੀਚਰ ਸਾਹਿਬਾਨ ਨੂੰ ਮਿਲੋ ਕਿ ਜੀ ਅਸੀਂ ਵੀ ਆਪਣਾ ਫਲਾਣੀ ਸਪੀਚ, ਫਲਾਣੀ ਕਵਿਤਾ, ਫਲਾਣਾ ਗੀਤ, ਫਲਾਣੀ ਚੰਗੀ ਚੀਜ਼ ਅਸੀਂ ਕਾਲਜ ਦੇ ਚੈਨਲ 'ਤੇ ਪਵਾਉਣੀ ਚਾਹੁੰਦੇ ਹਾਂ, ਉਹ ਪਊਗੀ। ਮਸਲਾ ਕੀ ਆ, ਜਦੋਂ ਚੰਗਿਆਈ ਦਾ ਕਾਫਲਾ ਵੱਧ ਜਾਂਦਾ ਤਾਂ ਫਿਰ ਜਿਹੜੇ ਮਾੜੇ ਲੋਕ ਨੇ, ਮਾੜੇ ਅਨਸਰ ਨੇ, ਉਹ ਆਪਣੇ ਆਪ ਜਵਾਬ ਰਹਿਤ ਹੋ ਜਾਂਦੇ ਨੇ, ਉਹ ਆਨਸਰਲੈਸ ਹੋ ਜਾਂਦੇ ਨੇ। ਅਸੀਂ ਸਾਰਿਆਂ ਨੇ, ਸਾਡਾ ਫਰਜ਼ ਆ ਕਿ ਆਪਾਂ ਰਲ ਮਿਲ ਕੇ ਚੰਗੇ ਸਮਾਜ ਦੀ ਸਿਰਜਣਾ ਕਰੀਏ, ਚੰਗੀਆਂ ਸੰਸਥਾਵਾਂ ਦੀ ਸਿਰਜਣਾ ਕਰੀਏ। ਸਾਡਾ ਸਹਿਯੋਗ ਹਮੇਸ਼ਾ ਤੁਹਾਡੇ ਨਾਲ ਹੋਏਗਾ, ਮੇਰਾ ਦਫ਼ਤਰ ਹਮੇਸ਼ਾ ਉਪਲਬਧ ਹੈ। ਕਿਸੇ ਦੀ ਕੋਈ ਦਿੱਕਤ ਆ, ਕੋਈ ਸਮੱਸਿਆ, ਕੋਈ ਚੰਗਾ ਸੁਝਾਅ,
ਤੁਸੀਂ ਮੇਰੇ ਕੋਲ ਆ ਕੇ ਦੇ ਸਕਦੇ ਹੋ, ਮੇਰੇ ਮੋਬਾਈਲ ਦੇ ਉੱਤੇ ਮੈਨੂੰ ਆਪਣਾ ਕਲਾਸ ਰੋਲ ਨੰਬਰ ਨਾਮ ਲਿਖ ਕੇ ਵਟਸਐਪ ਕਰ ਸਕਦੇ ਹੋ। ਆਪਾਂ ਰਲ ਮਿਲ ਕੇ ਇਹ ਸੰਸਥਾ ਬਣਾਉਣੀ ਹੈ। ਨਾ ਇਕੱਲਾ ਪ੍ਰਿੰਸੀਪਲ ਬਣਾ ਸਕਦਾ, ਨਾ ਇਕੱਲੇ ਅਧਿਆਪਕ ਬਣਾ ਸਕਦੇ ਨੇ, ਨਾ ਇਕੱਲੇ ਵਿਦਿਆਰਥੀ ਬਣਾ ਸਕਦੇ ਨੇ। ਅਸੀਂ ਤਿੰਨੋਂ ਮਹੱਤਵਪੂਰਨ ਹਿੱਸਾ ਹਾਂ। ਆਪਾਂ ਰਲ ਮਿਲ ਕੇ ਇਸ ਸੰਸਥਾ ਦਾ ਹੋਰ ਵਧੀਆ ਨਿਰਮਾਣ ਕਰੀਏ, ਕਿਉਂਕਿ ਇਹ ਸੰਸਥਾ ਤੁਹਾਡੀ ਆ। ਇਹ ਸੰਸਥਾ ਤੁਹਾਡੀਆਂ ਜਿਹੜੀਆਂ ਨੇ ਆਮਦ ਦੇ ਨਾਲ ਹੀ ਇਸਨੇ ਅੱਗੇ ਪ੍ਰਫੁੱਲਿਤ ਹੋਣਾ। ਸੋ ਬਹੁਤ ਬਹੁਤ ਧੰਨਵਾਦ ਮੇਰੀਆਂ ਤੁਹਾਡੇ ਸਾਰਿਆਂ ਲਈ। ਬਹੁਤ ਸ਼ੁਭਕਾਮਨਾਵਾਂ। ਮੇ ਗੋਡ ਬਲੈਸ ਯੂ ਆਲ ਵਿਦ ਆਲ ਦਾ ਬੈਸਟ ਐਂਡ ਬਲੈਸਿੰਗਸ ਇਨ ਲਾਈਫ। ਥੈਂਕ ਯੂ ਵੈਰੀ ਮੱਚ। ਧੰਨਵਾਦ ਪ੍ਰਿੰਸੀਪਲ ਸਰ। ਇਸ ਤੋਂ